ਹਾਂਜੀ ਸੰਗਤ ਜੀ, ਤੁਸੀਂ ਇਹ ਚੌਂਕ ਦੇਖ ਰਹੇ ਹੋ। ਇਹ ਚੌਂਕ ਵਿੱਚ ਮੈਂ 2012 ਵਿੱਚ ਇੱਥੇ ਆਇਆ ਸੀ। ਉਸ ਟਾਈਮ ਦਲਜੀਤ ਕੌਰ, ਜਿਹੜੇ ਕਿ ਸਰਬਜੀਤ ਸਿੰਘ, ਸ਼ਹੀਦ ਸਰਬਜੀਤ ਸਿੰਘ ਦੇ ਸਿਸਟਰ ਸਨ, ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਸੀ ਇਸ ਚੌਂਕ ਦੇ ਵਿੱਚ ਖੜ੍ਹ ਕੇ। ਔਰ ਅੱਜ ਮੈਂ ਤੁਹਾਨੂੰ ਇਸ ਜਗ੍ਹਾ 'ਤੇ ਜਿੱਥੇ ਦਰਸ਼ਨ ਕਰਵਾਉਣ ਲੱਗਿਆ, ਇਹ ਜੋ ਸਾਹਮਣੇ ਸਿੱਧਾ ਰੋਡ ਦੇਖ ਰਹੇ ਹੋ ਤੁਸੀਂ, ਇਹ ਹਰੀਕੇ ਪੱਤਣ ਨੂੰ ਜਾਂਦਾ ਹੈ ਜੀ। ਔਰ ਜੋ ਇਸ ਸਾਈਡ ਤੁਸੀਂ ਲੈਫਟ ਸਾਈਡ ਮੇਰੇ ਰਾਈਟ ਸਾਈਡ ਦੇਖ ਰਹੇ ਹੋ, ਇਹ ਵਲਟੋਆ ਖੇਮਕਰਨ ਇੱਧਰ ਰੋਡ ਜਾਂਦਾ ਜੀ। ਔਰ ਸੈਕੰਡਲੀ ਜੋ ਲੈਫਟ ਸਾਈਡ ਤੁਸੀਂ ਦੇਖ ਰਹੇ ਹੋ ਜੀ, ਇਹ ਸਾਰਾ ਅੰਮ੍ਰਿਤਸਰ, ਝਬਾਲ, ਸੁਰ ਸਿੰਘ ਇੱਧਰ ਨੂੰ ਜਾਂਦਾ। ਹੁਣ ਪਿਛਲੇ ਪਾਸੇ ਮੈਂ ਤੁਹਾਡੇ ਕੋਲੋਂ ਆਇਆ ਜੀ, ਬਾਬਾ ਦੀਪ ਸਿੰਘ ਜੀ ਦੇ ਪਿੰਡ ਪਹੋਵਿੰਡ ਤੋਂ ਆਇਆ ਜੀ। ਔਰ ਇੱਥੇ ਪਾਕਿਸਤਾਨ ਦਾ ਬਾਰਡਰ ਜਸਟ 6 ਕਿਲੋਮੀਟਰ ਦੂਰ ਹੈ ਜੀ ਇੱਥੋਂ। ਔਰ ਸੰਗਤ ਜੀ, ਅੱਜ ਤੁਹਾਨੂੰ ਮੈਂ ਇੱਥੇ ਦਰਸ਼ਨ ਕਰਾਏ, ਔਰ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਪਰਮਾਤਮਾ ਸਭ 'ਤੇ ਕਿਰਪਾ ਕਰਨਾ, ਸਭ ਦਾ ਭਲਾ ਕਰਨਾ, ਔਰ ਸਭ 'ਤੇ ਮੇਰਾ ਭਰਾ ਹੱਥ ਰੱਖਣਾ ਜੀ। ਭਾਅ ਜੀ, ਸਮਾਨ ਕਿੱਥੋਂ ਲਿਆਂਦਾ ਜੀ? ਕਿੱਥੋਂ ਆਇਆ ਸਮਾਨ? ਸਮਾਨ ਇਹ ਯੂਪੀ ਤੋਂ ਆਇਆ ਜੀ। ਯੂਪੀ ਤੋਂ? ਕਿਹੜੀ ਜਗ੍ਹਾ ਬਣਦਾ? ਬੁਰਜਾ ਬਣਦਾ ਹੈ। ਬੁਰਜਾ? ਬੁਰਜਾ। ਅੱਛਾ, ਸ਼ਹਿਰ ਦਾ ਨਾਮ ਹੈ ਕਿਆ ਹੈ? ਬੁਰਜਾ ਹੈ, ਜ਼ਿਲ੍ਹਾ ਹੈ। ਅੱਛਾ, ਜ਼ਿਲ੍ਹਾ ਹੈ, ਠੀਕ ਹੈ। ਲੈ ਲਓ ਜੀ, ਲੈ ਲਓ, ਵਧਾਈਆਂ ਤੁਹਾਨੂੰ। ਹਾਂ ਵੀ, ਜਲੇਬੀ ਨੂੰ ਕਿਹੜਾ ਦੇ ਦੇ ਕਰਾਂਗੇ। ਲਓ ਜੀ ਸੰਗਤ ਜੀ, ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜਲੇਬੀਆਂ ਦਾ ਲੰਗਰ। ਇਹ ਭਾਜੀ, ਇਹ ਕੀ ਚੀਜ਼ ਹੈ ਜੀ? ਕੀ ਬੋਲਦੇ? ਖਜਲਾ। ਅੱਛਾ ਜੀ, ਮਿੱਠਾ ਹੈ ਨਾ? ਬੱਲੇ ਬੱਲੇ ਬੱਲੇ, ਇੰਨਾ ਮਿੱਠਾ ਕੌਣ ਖਾਂਦਾ? ਠੀਕ ਹੈ। ਲਓ ਜੀ, ਆਹ ਦੇਖੋ ਜੀ, ਭਾਂਤ ਭਾਂਤ ਦੇ ਪਕੌੜੇ ਦੇਖੋ, ਵਰਾਇਟੀ ਬਹੁਤ ਵਧੀਆ। ਮਿਠਾਈ ਦੇਖੋ ਜੀ, ਬੜੀ ਚੈਰੀ ਪਾਈ ਹੋਈ ਆ। ਆਹ ਇੱਕ ਪੂੜੀ ਦੀ ਤਰ੍ਹਾਂ ਜੀ ਮਿੱਠਾ ਹੈ ਜੀ। ਭਾਜੀ, ਫੌਜਾਂ ਕਿੱਥੋਂ ਆਈਆਂ? ਕਿੱਥੋਂ ਆਏ? ਅੱਛਾ, ਲੋਕਲ, ਠੀਕ ਹੈ ਜੀ। ਲੋ ਜੀ ਸੰਗਤ ਜੀ, ਤੁਸੀਂ ਅੱਜ ਦਰਸ਼ਨ ਕਰੋਗੇ ਸਿੱਖ ਇਤਿਹਾਸ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ, ਜਿਨ੍ਹਾਂ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਜੀ। ਦੂਰ ਦੁਰਾਡੇ ਜਿੰਨੀ ਵੀ ਸੰਗਤ ਦੇਖ ਰਹੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਇਸ ਗੁਰਪੁਰਬ ਦੀਆਂ ਜੀ। ਔਰ ਸਿੱਖ ਇਤਿਹਾਸ ਦੇ ਬਹੁਤ ਹੀ ਮਹਾਨ ਯੋਧੇ ਹੋਏ ਆ, ਔਰ ਇਹਨਾਂ ਦੇ ਬਾਰੇ ਤੁਸੀਂ ਇਹ ਜਾਣਦੇ ਹੋਵੋਗੇ, ਇਤਿਹਾਸ ਦੱਸਣ ਲੱਗੇ ਹਾਂ ਤੁਹਾਨੂੰ, ਕਿਉਂਕਿ ਸਿੱਖ ਇਤਿਹਾਸ ਦੇ ਵਿੱਚ 4-5 ਬੀੜਾਂ ਲਿਖੀਆਂ ਗਈਆਂ ਜੀ। ਇਹ 4 ਬੀੜਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਈਆਂ ਸਨ ਬਾਬਾ ਦੀਪ ਸਿੰਘ ਤੋਂ, ਤਲਵੰਡੀ ਸਾਬੋ ਵਿਖੇ। ਔਰ ਇੱਕ ਇਹਨਾਂ ਨੇ ਫਾਰਸੀ ਵਿੱਚ ਲਿਖੀ ਸੀ, ਫਾਰਸੀ ਦਾ ਨਹੀਂ ਅਜੇ ਤੱਕ ਪਤਾ ਲੱਗਿਆ ਵੀ ਫਾਰਸੀ ਵਾਲੀ ਬੀੜ ਕਿੱਥੇ ਚਲੀ ਗਈ, ਲੇਕਿਨ ਇਹ ਜਿਹੜੀ 4 ਤਖ਼ਤ ਸਿੰਘਾਂ ਦੇ 4 ਤਖ਼ਤਾਂ ਦੇ ਵਿੱਚ ਇਹ ਬੀੜਾਂ ਪਹੁੰਚੀਆਂ ਸਨ, ਜਿਹੜੀਆਂ ਇਹ ਬੀੜਾਂ ਸੀਗੀਆਂ ਇਹ ਹਰ ਤਖ਼ਤ ਤੇ ਪਹੁੰਚਾਈਆਂ ਗਈਆਂ। ਦੋਖੇ ਜੀ ਮੇਲਾ ਲੱਗਿਆ ਜੀ, ਬਹੁਤ ਵਧੀਆ ਰੌਣਕ, ਬੜੀਆਂ ਜੈਕਟਾਂ ਬੱਚਿਆਂ ਲਈ,
ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਬਠਿੰਡੇ ਤੋਂ ਆਇਆ ਤੁਹਾਡੇ ਲਈ ਅੱਜ। ਹੋਰ ਕਿੱਦਾਂ, ਠੀਕ ਹੋ? ਮੇਲੇ ਦਾ ਆਨੰਦ ਲੈ ਰਹੇ ਹੋ? ਹੈ ਦੇਖਿਆ ਕਿ ਜਾਣਾ ਜੇ? ਅੱਛਾ ਠੀਕ ਹੈ। ਬਹੁਤ ਸੰਗਤ ਦੀ ਰੌਣਕ ਹੈ ਔਰ ਹੌਲੀ ਹੌਲੀ ਰੌਣਕ ਮੇਲਾ ਭਰਦੇ ਜਾਣਾ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ 13 ਅਪ੍ਰੈਲ 1666 ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਵੀ ਉੱਥੇ ਅੰਮ੍ਰਿਤ ਛਕਿਆ ਸੀ। ਉੱਥੇ ਜਦੋਂ ਅੰਮ੍ਰਿਤ ਛਕਿਆ ਸੀ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਲਈ ਬਾਬਾ ਦੀਪ ਸਿੰਘ ਜੀ ਬਹੁਤ ਦੇਰ ਉੱਥੇ ਰਹੇ। ਬਚਪਨ ਦਾ ਨਾਮ ਇਹਨਾਂ ਦਾ ਦੀਪਾ ਸੀ, ਦੀਪਾ ਇਸ ਦੇ ਨਾਂ ਤੇ ਜਾਣੇ ਜਾਂਦੇ ਸਨ। ਵੱਡੇ ਹੋ ਕੇ ਇਹਨਾਂ ਨੂੰ ਸਿੰਘ ਸਜਾਇਆ ਗਿਆ ਔਰ ਦੀਪ ਸਿੰਘ ਬਣ ਗਏ। ਫਿਰ ਉੱਥੇ ਰਹਿ ਕੇ ਹੀ ਬਾਬਾ ਜੀ ਨੇ ਆਪਣੀ ਵਿੱਦਿਆ ਪ੍ਰਾਪਤ ਕੀਤੀ। ਪੰਜਾਬੀ, ਸੰਸਕ੍ਰਿਤ ਔਰ ਫਾਰਸੀ ਇਹ ਤਿੰਨ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਉੱਥੇ ਇੰਨੇ ਵਿਦਵਾਨ ਬਣ ਚੁੱਕੇ ਸਨ ਕਿ ਫਿਰ ਸ਼ਸਤਰ ਵਿੱਦਿਆ ਸਿੱਖੀ ਔਰ ਬਾਬਾ ਦੀਪ ਸਿੰਘ ਬਣ ਗਏ। ਦੀਪ ਸਿੰਘ ਬਣੇ, ਦੀਪ ਸਿੰਘ ਤੋਂ ਬਾਬਾ ਦੀਪ ਸਿੰਘ ਬਣ ਗਏ ਔਰ ਹੌਲੀ ਹੌਲੀ ਬਾਬਾ ਦੀਪ ਸਿੰਘ ਉੱਥੇ ਇੰਨੀ ਸੇਵਾ ਕਰਦੇ ਸਨ ਕਿ ਬੜੇ ਹਰਮਨ ਪਿਆਰੇ ਹੋ ਗਏ। ਬਹੁਤ ਹੀ ਆਪਣੇ ਆਪ ਨੂੰ ਕੀ ਕਹਿੰਦੇ ਆ ਪਰਫੈਕਟ ਬਣਾ ਲਿਆ ਸੀ ਇਹਨਾਂ ਨੇ। ਬਹੁਤ ਤਰ੍ਹਾਂ ਦੇ ਇਤਿਹਾਸਿਕ ਗੇਮਾਂ ਖੇਡਦੇ, ਸ਼ਾਸਤਰ ਵਿੱਦਿਆ ਦੇ ਨਿਪੁੰਨ ਹੋ ਗਏ ਔਰ ਤੁਸੀਂ ਯਕੀਨ ਕਰੋਗੇ ਇਹਨਾਂ ਦਾ ਜੋ ਖੰਡਾ ਸੀ ਨਾ 18 ਸੇਰ ਦਾ, 18 ਸੇਰ ਦੇ ਵਿੱਚ ਕਿੰਨਾ ਵੇਟ ਹੁੰਦਾ? ਤੁਸੀਂ 5 ਕਿਲੋ ਦੀ ਚੀਜ਼ ਨਹੀਂ ਚੱਕਦੇ, 18 ਸੇਰ ਦਾ ਖੰਡਾ ਚੱਕਦੇ ਸਨ। ਬਹੁਤ ਹੀ ਵੱਡੀ ਸ਼ਖਸੀਅਤ ਦੇ ਮਾਲਕ ਸਨ, ਬਹੁਤ ਵੱਡੀ ਸੁੰਦਰ ਬੋਡੀ ਸੀ। ਆਹ ਦੇਖੋ ਜੀ, ਬੱਚਿਆਂ ਦੇ ਲਈ ਝੂਲੇ ਚੱਲ ਰਹੇ ਨੇ। ਬਹੁਤ ਦੂਰ ਦੂਰ ਤੋਂ ਆ ਕੇ ਮੇਲੇ ਲਾਉਂਦੇ ਨੇ ਜੀ। ਕਿੱਥੇ ਦਿੰਦੀ ਨੀ, ਕਿੱਥੇ ਤੱਕ ਜਾਂਦੀ ਹੈ। ਹਾਂ ਸੰਗਤ ਜੀ, ਹੁਣ ਅੱਗੇ ਚੱਲਦੇ ਹਾਂ, ਅੱਗੇ ਇਤਿਹਾਸ ਦਿਖਾਵਾਂਗੇ ਤੁਹਾਨੂੰ। ਜਦੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਉਸ ਤੋਂ ਕੁਝ ਸਮੇਂ ਪਹਿਲਾਂ ਉਹਨਾਂ ਦੇ ਪਿਤਾ ਜੀ ਬਾਬਾ ਭਗਤ ਸਿੰਘ ਜੀ ਉਹਨਾਂ ਨੂੰ ਇੱਥੇ ਵਾਪਸ ਕੋਵਿੰਡ ਲੈ ਕੇ ਆ ਗਏ ਸਨ। 26 ਜਨਵਰੀ 1628 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਜੀ। ਡੇਟ ਥੋੜੀ ਅੱਗੇ ਪਿੱਛੇ ਹੋ ਸਕਦੀ ਹੈ, ਇਸ ਬਾਰੇ ਸੰਗਤਾਂ ਨੂੰ ਥੋੜਾ ਜਿਹਾ ਉਲਟ ਪੁਲਟ ਵੀ ਹੋ ਸਕਦੀ, ਡੇਟ ਦੇ ਬਾਰੇ ਮੈਂ ਕਨਫਰਮ ਨਹੀਂ ਕਰ ਸਕਦਾ, ਪਰ ਮੈਨੂੰ ਜਿੰਨਾ ਵੀ ਯਾਦ ਹੈ ਉਹ ਤੁਹਾਨੂੰ ਮੈਂ ਦੱਸ ਰਿਹਾ ਜੀ। ਲਓ ਜੀ, ਜਲ ਦਾ ਲੰਗਰ ਲੱਗਿਆ ਹੋਇਆ ਜੀ। ਆਪਣੇ ਬਲੇਰ ਵਾਲੇ ਕਿੱਥੇ ਆ? ਥੈਂਕ ਯੂ। ਹਾਂਜੀ ਸੰਗਤ ਜੀ, ਕੀ ਹਾਲ ਨੇ? ਬਠਿੰਡੇ ਤੋਂ ਆਇਆ ਭਾਜੀ, ਮੈਂ ਬਠਿੰਡੇ ਤੋਂ ਆਇਆ ਕਵਰ ਕਰਨ ਲਈ। ਖੋਲ ਕੇ ਚਲ ਚੱਕ ਪਿੱਛੇ ਚੱਲ ਚੱਕ।
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਅੱਜ ਉਹਨਾਂ ਦੀ ਸੰਗਤ ਜਨਮ ਦਿਹਾੜਾ ਮਨਾ ਰਹੀ ਹੈ। ਲੱਖ ਲੱਖ ਵਧਾਈਆਂ ਜੀ। ਅੱਜ ਮੈਂ ਤੁਹਾਨੂੰ ਪੋਹ ਪਿੰਡ ਦੇ ਵਿਖੇ ਦਰਸ਼ਨ ਕਰਾਉਣ ਲਈ ਲੈ ਕੇ ਆਇਆ। ਇੱਥੇ ਗੁਰੂ ਸਾਹਿਬ ਜੀ ਦਾ, ਬਾਬਾ ਜੀ ਦਾ ਜਨਮ ਹੋਇਆ ਸੀਗਾ। ਮਾਤਾ ਦਾ ਨਾਂ ਜਿਉਣੀ ਦੇਵੀ ਸੀ, ਜਿਉਣੀ ਕੌਰ ਵੀ ਕਹਿ ਸਕਦੇ ਹਾਂ। ਮੇਰੇ ਬਲੇਰ ਵਾਲੇ ਸਾਥੀਆਂ ਨੂੰ ਦੇਖ ਰਿਹਾ, ਲੱਭ ਰਿਹਾ ਮੈਂ ਕਿੱਥੇ ਮਿਲਣਗੇ, ਕਿਉਂਕਿ ਕਿਸੇ ਟਾਈਮ ਅਸੀਂ ਬਲੇਰ ਵਿਖੇ ਬਹੁਤ ਟਾਈਮ ਵੇਸਟ ਟਾਈਮ ਬਿਤਾਇਆ ਹੈ। ਉੱਥੇ ਬਲੇਰ ਦੇ ਵਿੱਚ 2012 ਚ ਅਸੀਂ ਆਏ ਸੀਗੇ ਔਰ 2016 ਦੇ ਵਿੱਚ ਉੱਥੋਂ ਅਸੀਂ ਗਏ ਸੀਗੇ ਬਠਿੰਡਾ ਵਿਖੇ। ਬਹੁਤ ਹੀ ਸੁੰਦਰ ਡੈਕੋਰੇਸ਼ਨ ਕੀਤੀ ਗਈ ਹੈ। ਬਹੁਤ ਜ਼ਿਆਦਾ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਹੈ ਜੀ, ਇੰਟਰਨੈਸ਼ਨਲ ਲੈਵਲ ਤੱਕ ਵੀ ਇੱਥੇ ਸੰਗਤ ਪਹੁੰਚਦੀ ਹੈ ਜੀ। ਸੰਗਤ ਦੀ ਅਜੇ ਹੌਲੀ ਹੌਲੀ ਹੋਰ ਰਸ਼ ਹੋਏਗਾ, ਅਜੇ ਤਾਂ ਰਸ਼ ਘੱਟ ਹੈ। ਸਾਰਾ ਦਿਨ ਅੱਜ ਪੂਰੀ ਰੌਣਕ ਲੱਗੇਗੀ ਜੀ। ਚੀਮਾ ਜੋੜਾ ਘਰ ਵਿਖੇ ਪਹੁੰਚੇ ਜੀ, ਇੱਥੇ ਆਪਣੇ ਜੋੜੇ ਜਮ੍ਹਾਂ ਕਰਾਵਾਂਗੇ, ਫਿਰ ਆਪਾਂ ਅੰਦਰ ਚੱਲਾਂਗੇ ਜੀ, ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ। ਹਾਂਜੀ ਸੰਗਤ ਜੀ, ਤੁਸੀਂ ਦੇਖ ਰਹੇ ਹੋ ਜੀ ਕਿੰਨੀ ਤਾਦਾਦ ਵਿੱਚ ਸੰਗਤ ਪਹੁੰਚੀ ਹੋਈ ਆ। ਤੁਹਾਨੂੰ ਜੋੜੇ ਦਿਖਾਉਂਦੇ ਹਾਂ ਜੀ। ਆਹ ਛੋਟਾ ਸਿੰਘ ਵੀ ਪਹੁੰਚਿਆ ਹੈ, ਤੇਰੇ ਜੋੜੇ ਕਿੱਥੇ ਬਈ? ਅੱਛਾ ਆਹ ਦੇਖੋ ਜੀ, ਜੋੜਿਆਂ ਦੀ ਸੰਖਿਆ ਦੇਖੋ ਜੀ। ਇਸ ਤਰ੍ਹਾਂ ਦੇ 2-3 ਜਗ੍ਹਾ ਤੇ ਇਸ ਤਰ੍ਹਾਂ ਟਾਲ ਲੱਗੇ ਨੇ ਜਿੱਥੇ ਆਪਣੇ ਜੋੜੇ ਰੱਖੇ ਜਾਂਦੇ ਨੇ ਜੀ। ਔਰ ਇਹ ਸੰਗਤ ਦੀ ਰੌਣਕ ਦੇਖ ਸਕਦੇ ਹੋ ਵੀ ਜਿੱਥੇ ਜਿੰਨੇ ਜੋੜੇ ਆ ਤਾਂ ਉਨੀ ਤੁਹਾਡੀ ਸੰਗਤ ਇੱਥੇ ਅੱਜ ਪਹੁੰਚੀ ਹੈ। ਆ ਦੇਖੋ ਸੰਗਤ ਦੀ ਰੌਣਕ ਦੇਖੋ ਜੀ, ਇਹ ਰੌਣਕ ਤੁਹਾਨੂੰ ਇਹ ਸ਼ੋਅ ਕਰਦੀ ਆ ਕਿ ਜਿੰਨੀ ਵੀ ਇੱਥੇ ਗੈਦਰਿੰਗ ਆ, ਜਿੰਨੇ ਵੀ ਸ਼ੂਜ਼ ਨੇ, ਉਨੀ ਹੀ ਸੰਗਤ ਪਹੁੰਚੀ ਹੈ। ਹਾਂਜੀ ਬਾਬਾ ਜੀ, ਲਓ ਜੀ ਬਠਿੰਡੇ ਤੋਂ ਆਏ ਆ, ਬਠਿੰਡੇ ਤੋਂ ਤੁਹਾਡੀ ਵੀਡੀਓ ਬਣਾਉਣ ਆਏ ਆ। ਓਕੇ ਜੀ ਓਕੇ। ਹਾਂਜੀ ਉਹ ਕਿੱਧਰ ਗਏ? ਇੱਥੇ ਆ ਜਾ ਵੀ ਆ ਜਾ। ਹਾਂਜੀ ਬੇਲੀਓ, ਕੀ ਹਾਲ ਚਾਲ ਨੇ? ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਠੀਕ ਹੈ। ਮੈਂ ਬਠਿੰਡੇ ਤੋਂ ਆਇਆ ਬੇਲੀਆ ਤੁਹਾਡੀ ਵੀਡੀਓ ਲੈਣ ਲਈ, ਠੀਕ ਹੈ। ਹਾਂ ਇਹ ਸਾਰੇ ਸੇਵਾਦਾਰ ਜੀ, ਉੱਥੋਂ ਟੋਕਨ ਲੈ ਕੇ ਇਹਨਾਂ ਨੂੰ ਟੋਕਨ ਦਿੱਤੇ ਜਾਂਦੇ ਨੇ ਤੇ ਅੱਗੇ ਜੁੱਤੀਆਂ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਨੇ। ਜਦੋਂ ਵੀ ਟੋਕਨ ਇੱਥੇ ਜਮ੍ਹਾਂ ਹੋਏਗਾ ਤਾਂ ਇਹ ਸੰਗਤ ਜੀ ਰੌਣਕ ਦੇਖੋ ਜੀ, ਇਹ ਲੋਕ ਬੂਟ ਲੈਣ ਵਾਲੇ ਵੀ ਤੇ ਬੂਟ ਦੇਣ ਵਾਲੇ ਵੀ ਖੜੇ ਨੇ ਜੀ। ਹਾਂਜੀ ਫ੍ਰੀ ਮੈਡੀਕਲ ਫੈਸਿਲਿਟੀ ਵੀ ਹੈ ਜੀ ਇੱਥੇ, ਦੇਖੋ ਸੰਗਤਾਂ ਨੂੰ ਫ੍ਰੀ BP ਚੈੱਕ ਕੀਤਾ ਜਾ ਰਿਹਾ ਜੀ ਔਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਹੋਇਆ ਜੀ।
ਕੁਝ ਕੰਮ ਨਹੀਂ। ਸੰਗਤਾਂ ਦੀ ਗਰੋਥ ਮਿੰਟ ਮਿੰਟ ਬਾਅਦ ਵੱਧਦੀ ਜਾ ਰਹੀ ਹੈ ਜੀ। ਇਹ ਹੁਣ ਮੈਡੀਕਲ ਮਲਟੀ ਸਪੈਸ਼ਲਿਸਟ ਹੋਸਪਿਟਲ ਫਰੀ ਮੈਡੀਕਲ ਕੈਂਪ। ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ ਬਠਿੰਡਾ ਤੋਂ ਆਏ ਆ ਤੁਹਾਡੀ ਵੀਡੀਓ ਲੈਣ ਲਈ। ਹੁਣ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਰਹੇ ਹੋ। ਹਾਂਜੀ ਐਜੂਕੇਟ ਪੰਜਾਬ। ਸ੍ਰੀ ਗੁਰੂ ਅੰਗਦ ਦੇਵ ਲਾਊਡ ਸਪੀਕ ਲਈ। ਚਲੋ ਬਹੁਤ ਅੱਛੀ, ਬੱਚਿਆਂ ਨੂੰ 10 ਗੁਰੂਆਂ ਦੇ ਨਾਮ ਯਾਦ ਹੈ ਜੀ। ਔਰ ਬਹੁਤ ਬਹੁਤ ਵਧਾਈਆਂ, ਨਵੀਂ ਜਨਰੇਸ਼ਨ 'ਚ ਨਵੇਂ ਬੱਚਿਆਂ ਨੂੰ ਇੱਥੋਂ ਤੱਕ ਪਹੁੰਚਣ ਦਾ ਮੌਕਾ ਮਿਲਿਆ। ਪਰ ਉਪਕਾਰ ਦੀ ਗੁਰੂ ਨਾਨਕ ਮਲਟੀ ਸਪੈਸ਼ਲਿਸਟ ਬੱਚੇ ਨੂੰ ਪੜ੍ਹਾ ਰਹੀ ਸੰਸਥਾ। ਹਾਂਜੀ ਸਹੀ ਹੈ। ਮੈਂ ਬਠਿੰਡਾ ਤੋਂ ਆਇਆ ਬਾਬਾ ਜੀ। ਹਾਂਜੀ ਹਾਂ। 50 ਲੱਖ ਰੁਪਇਆ ਮਹੀਨੇ ਦਾ ਜੋ ਬੱਚਿਆਂ ਦਾ ਜੋ ਸੰਸਥਾ ਤੇ ਲੱਗਦਾ ਹੈ, ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ, ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਵੱਲੋਂ ਇਹ ਲਹਿਰ ਚਲਾਈ ਗਈ ਸੀ। ਠੀਕ ਹੈ ਜੀ। ਹਾਂਜੀ ਤੇ ਪੂਰੇ ਪੰਜਾਬ ਦੇ ਵਿੱਚ 5000 ਬੱਚੇ ਨੂੰ ਜਿਹੜੀ ਸੰਸਥਾ ਪੜ੍ਹਾ ਰਹੀ ਹੈ, 45 ਤੋਂ 50 ਲੱਖ ਰੁਪਇਆ ਲੱਗ ਰਿਹਾ। ਠੀਕ ਹੈ ਜੀ। 9 ਸਕੂਲ ਵੀ ਸਾਡੇ ਚੱਲ ਰਹੇ ਨੇ ਜਿਹਦੇ ਵਿੱਚ ਪਾਣੀ ਵਾਲੀ ਬੋਤਲ ਲੈ ਕੇ ਬਿਲਕੁਲ ਫਰੀ ਹੈਗਾ ਜੀ। ਹੁਣ ਤੁਸੀਂ ਕਿੱਥੋਂ ਆਏ ਜੀ? ਵੈਸੇ ਮੈਂ ਤਾਂ ਇੱਥੋਂ ਪੱਟੀ ਤੋਂ ਲੋਕਲ ਹਾਂ। ਅੱਛਾ ਜੀ। ਤੇ ਹੈਡ ਆਫਿਸ ਸਾਡਾ ਲੁਧਿਆਣੇ ਆ ਜੀ। ਓਕੇ ਰਾਈਟ। ਹਾਂਜੀ ਠੀਕ ਹੈ ਜੀ। ਪੰਜਾਬ ਪ੍ਰੋਜੈਕਟ ਵੇਖ ਗਰੂ ਪੱਟੀਆਂ ਮਿਲ ਜਾਣਗੀਆਂ? ਨਹੀਂ। ਹਾਂਜੀ ਬਹੁਤ ਵਧੀਆ ਮੌਸਮ ਨਿਖਰ ਚੁੱਕਿਆ ਜੀ, ਬਹੁਤ ਵਧੀਆ ਧੁੱਪ ਨਿਕਲੀ ਆਈ ਆ ਔਰ ਬਹੁਤ ਹੀ ਆਨੰਦਮਈ ਮੌਸਮ ਹੈ ਜੀ। ਅੱਜ ਤੋਂ 8 ਸਾਲਾਂ ਬਾਅਦ ਮੈਂ ਇਸ ਜਗ੍ਹਾ ਤੇ ਪਹੁੰਚਿਆ ਜੀ, ਜਿੱਥੇ ਕਿ ਅੱਜ ਤੁਹਾਨੂੰ ਮੈਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਆਇਆ ਹਾਂ ਔਰ ਤੁਹਾਨੂੰ ਰੌਣਕਾਂ ਦਿਖਾਉਂਦੇ ਜੀ। ਔਰ ਸਭ ਜਿੰਨੇ ਵੀ ਦੂਰ ਦੁਰਾਡੇ ਸੰਗਤਾਂ ਦੇਖ ਰਹੀਆਂ ਨੇ, ਅਮਰੀਕਾ ਕੈਨੇਡਾ ਜਿੱਥੇ ਵੀ ਇੰਟਰਨੈਸ਼ਨਲ ਤੇ ਬੈਠੀਆਂ ਸੰਗਤਾਂ ਨੇ, ਜੋ ਵੀ ਪੰਜਾਬੀ ਸੰਗਤ ਦੇਖ ਰਹੀ, ਸਭ ਨੂੰ ਲੱਖ ਲੱਖ ਵਧਾਈਆਂ ਜੀ ਇਸ ਗੁਰਪੁਰਬ ਦੀਆਂ। ਹਾਂਜੀ ਠੰਡੇ ਜਲ ਦੀ ਛਬੀਲ ਦੇਖੋ ਜੀ, ਜਦੋਂ ਮੈਂ ਪਹਿਲੀ ਵਾਰ ਆਇਆ ਸੀ ਉਦੋਂ ਨਹੀਂ ਹੁੰਦਾ ਸੀ, ਇਹ ਮੇਰੇ ਬਾਅਦ 'ਚ ਹੀ ਬਣਿਆ ਹੈ। ਹਾਂਜੀ ਸੰਤ ਵੀ ਪੂਰੇ, ਯੋਧੇ ਵੀ ਪੂਰੇ, ਲਿਖਾਰੀ ਵੀ ਪੂਰੇ, ਤਿਆਗੀ ਵੀ ਪੂਰੇ, ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਗੁਰਦੁਆਰੇ ਜਨਮ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ। ਰੌਣਕ ਦੇਖੋ ਜੀ, ਅੱਜ ਗੁਰੂ ਕੀ ਨਗਰੀ ਦੇ ਵਿੱਚ ਰੌਣਕ ਦੇਖੋ, ਅੱਜ ਪੈਰ ਰੱਖਣ ਨੂੰ ਜਗ੍ਹਾ ਨਹੀਂ।
ਮੌਸਮ ਨੇ ਬਹੁਤ ਵਧੀਆ ਚੇਂਜ ਕੀਤਾ ਜੀ, ਬਹੁਤ ਵਧੀਆ ਮੌਸਮ ਹੋ ਗਿਆ। ਜਦੋਂ ਮੈਂ ਬਠਿੰਡਾ ਚ ਹੁੰਦਾ ਸੀ ਬਹੁਤ ਧੁੰਦ ਸੀਗੀ, 4 ਘੰਟੇ ਲੱਗੇ ਮੈਨੂੰ ਇੱਥੇ ਪਹੁੰਚਣ ਲੱਗਿਆ, ਬਹੁਤ ਜ਼ਿਆਦਾ ਧੁੰਦ ਸੀ। ਜੀ ਬਠਿੰਡੇ ਤੋਂ ਆਇਆ ਤੁਹਾਨੂੰ ਕਵਰ ਕਰਨ ਲਈ, ਠੀਕ ਹੈ। ਹਾਂਜੀ ਖਾਲਸਾ ਜੀ, ਸਤਿ ਸ੍ਰੀ ਅਕਾਲ। ਇੱਧਰ ਮੂੰਹ ਕਰੇਗਾ, ਠੀਕ ਹੈ। ਨਾਰਾਜ਼ ਨਹੀਂ ਕਰਨਾ ਮੈਂ ਕਿਸੇ ਨੂੰ, ਬਠਿੰਡੇ ਜਾ ਕੇ ਦਿਖਾਉਣਾ ਤੁਹਾਨੂੰ, ਠੀਕ ਹੈ। ਚਲੋ ਬਠਿੰਡੇ ਆਪਦੇ ਹੀ ਜਾਣਾ ਨਹੀਂ, ਬੜਾ ਉੱਚਾ ਜੀ
ਦੇਖੋ ਜੀ, ਚਲੋ ਚਲੋ ਆਰਾਮ ਦੇ ਨਾਲ ਸਰਬੱਤ ਸੰਗਤਾਂ ਬਿਲਕੁਲ ਸ਼ਾਂਤੀ ਦੇ ਨਾਲ ਅੰਦਰ ਦਰਸ਼ਨ ਕਰਨੇ ਆ ਜੀ। ਬਾਹਰ ਨਿਕਲ ਕੇ ਦੋ ਸਾਈਡਾਂ ਤੇ ਕੜਾਹ ਪ੍ਰਸ਼ਾਦ ਦੀ ਦੇਗ ਲੱਗੀ ਹੋਈ ਹੈ। ਆਪ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਦੀਵਾਨ ਹਾਲ ਵਿੱਚ ਸੱਜਣ ਦੀ ਕਿਰਪਾਲਤਾ ਕਰਨੀ ਹੈ ਜੀ। ਆਪ ਜੀ ਪੋਗੜ ਸਾਹਿਬ ਪਹੁੰਚੇ ਤੇ ਆਪ ਜੀ ਉਹਨੂੰ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਕਦਮ ਕਦਮ ਸਿਰ ਮੱਥੇ ਜੀ। ਆਪ ਜੀ ਪ੍ਰਬੰਧਾਂ ਦਾ ਸਹਿਯੋਗ ਦਿਓ ਜੀ, ਜ਼ਰੂਰੀ ਹੈ ਜੀ, ਸਹਿਯੋਗ ਆਪ ਜੀ ਦਾ ਬਹੁਤ ਜ਼ਰੂਰੀ ਹੈ। ਪ੍ਰਬੰਧਕਾਂ ਨੂੰ ਬੇਨਤੀ ਹੈ ਜੀ, ਪ੍ਰਬੰਧਕਾਂ ਦਾ ਸਹਿਯੋਗ ਦਿੱਤਾ ਜਾਵੇ, ਹਰ ਥਾਂ ਹਰ ਕਦਮ ਆਪ ਜੀ ਸਹਿਯੋਗ ਦਿਓ ਜੀ। ਸੰਤ ਜੀ ਧਿਆਨ ਦਿਓ ਜੀ, ਆਪਣਾ ਕੀਮਤੀ ਸਮਾਨ ਤਰਸ ਜੇਵਰ ਮੋਬਾਈਲ ਔਰ ਬੱਚੇ।
ਮਾਰਿਓ ਆਪਣੇ ਮੋਬਾਈਲ ਪਰ ਸਾਂਭ ਕੇ ਸੰਗਤ ਜੀ ਆਪ ਜੀ ਦਾ ਪਵਨ ਸਾਹਿਬ ਪਹੁੰਚਣ ਤੇ ਲੱਖ ਵਧਾਈਆਂ ਜੀ ਆਪ ਜੀ ਦਾ ਪਵਨ ਸਾਹਿਬ ਤੇ ਆਇਆ ਜੀ ਉਹ ਆਇਓ ਜੀ ਆਪਣਾ ਖਿਆਲ ਆਪ ਰੱਖੋ ਜੀ ਸਭਨਾ ਕਾ ਪਿਆਰ ਮਰ ਪ੍ਰਗਟਿਓ ਮਰ ਰੰਗਣਾ ਮਰਿਆਮ ਖੋਲਾ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਾਂਜੀ ਸੰਗਤ ਜੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰ ਰਹੇ ਹੋ ਜੀ ਔਰ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਤੁਹਾਨੂੰ ਬਹੁਤ ਸਲੋਲੀ ਬੋਲ ਰਹੇ ਹਾਂ ਜੀ ਰੌਣਕ ਬਹੁਤ ਜ਼ਿਆਦਾ ਬਹੁਤ ਇਕੱਠ ਨਿੱਕੇ ਨਿੱਕੇ ਪੰਜਾਬੀਆਂ ਨੂੰ ਉਹਨਾਂ ਦੇ ਪਿਤਾ ਸਿਰ 'ਤੇ ਚੜ੍ਹਾਈ ਫਿਰਦੇ ਜੀ ਮੋਢਿਆਂ 'ਤੇ ਚੱਕੇ ਹੋਏ ਨੇ ਕਿਉਂਕਿ ਨੀਚੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈ ਵਾਹਿਗੁਰੂ ਜੀ ਧਿਆਨ ਦਿਓ ਰੱਖੋ ਆਪਣਾ ਪਿਆਰ ਆਪ ਰੱਖੋ ਬੰਦਰ ਜੀ ਦੂਜੀ ਬੇਨਤੀ ਹੈ ਕਿ ਹਰ ਕਦਮ ਪ੍ਰਬੰਧ ਦਾ ਸਹਿਯੋਗ ਦਿੱਤਾ ਜਾਵੇ ਆਪ ਪ੍ਰਬੰਧ ਦੇ ਸਹਿਯੋਗ ਦੀ ਵੱਧ ਦਿੱਤਾ ਜੀ ਹਰ ਕਦਮ ਪ੍ਰਬੰਧ ਦਾ ਸਹਿਯੋਗ ਦਿੱਤਾ ਜਾਵੇ ਪਿੱਛੇ ਸੰਗਤ ਬਹੁਤ ਹੈ ਜੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰਬੰਧਕਾਂ ਦਾ ਸਹਿਯੋਗ ਦਿੱਤਾ ਜਾਵੇ ਜੀ ਸੇਵਾ ਨਾਲ ਵੀ ਧਿਆਨ ਦਿਓ ਵਾਲੇ
ਜਨਮ ਸਥਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਹੋਵਿੰਡ। ਸੰਗਤਾਂ ਦੀ ਰੌਣਕ ਦੇਖੋ ਜੀ, ਹਾਂਜੀ ਸੰਗਤ ਜੀ ਆਪਾਂ ਮੱਥਾ ਟੇਕ ਕੇ ਬਾਹਰ ਆ ਚੁੱਕੇ ਹਾਂ ਜੀ। ਬਹੁਤ ਜ਼ਿਆਦਾ ਰਸ਼ ਸੀ, ਘੱਟੋ ਘੱਟ 2 ਘੰਟੇ ਹੋ ਗਏ ਜੀ ਮੈਨੂੰ ਲਾਈਨ 'ਚ ਲੱਗੇ ਹੋਏ ਨੂੰ, ਔਰ ਹੁਣ ਮੈਂ ਬਾਹਰ ਨਿਕਲ ਕੇ ਆਇਆ ਜੀ। ਬਹੁਤ ਵਧੀਆ ਧੁੱਪ ਲੱਗੀ ਹੈ ਜੀ, ਅੱਜ ਠੰਡ ਬਹੁਤ ਸੀ। ਸੋ ਆਪਾਂ ਤੁਹਾਨੂੰ ਸੰਗਤਾਂ ਦੀ ਰੌਣਕ ਦਿਖਾ ਰਹੇ ਹਾਂ ਜੀ। ਦੇਖੋ ਕਿੰਨੀ ਸੋਹਣੀ ਰੌਣਕ ਹੈ ਜੀ, ਬਹੁਤ ਹੀ ਦਿਲ ਖੁਸ਼ਮਾ ਦ੍ਰਿਸ਼ ਹੈ ਜੀ ਇੱਥੋਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੋ ਬੋਲੋ। ਇਹ ਆਪਣਾ ਚੈਨਲ ਆ ਜੀ, ਮੈਂ ਬਠਿੰਡੇ ਤੋਂ ਆਇਆ। ਸੰਗਤ ਜੀ ਮੱਥਾ ਟੇਕ ਕੇ ਸੰਗਤਾਂ ਬਾਹਰ ਆ ਗਈਆਂ ਨੇ। ਬਹੁਤ ਜ਼ਿਆਦਾ ਰੌਣਕ, ਸੰਗਤ ਜੀ ਰੌਣਕ ਦੇਖੀ, ਬੱਚੀਆਂ ਦੇ ਰਖਵਾਲੇ ਸਾਰਿਆਂ ਦੇ ਸਾਂਝੇ, ਅਨਾਥਾਂ ਦੇ ਅਨਾਥ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜੀ, ਝੂਲ ਦੇ ਨਿਸ਼ਾਨ ਸਿੰਘਾਂ ਦੇ, ਇਹ ਸਦਾ ਹੀ ਝੂਲਦੇ ਰਹਿਣੇ ਆ ਜੀ। ਔਰ ਇੱਥੇ ਜਿਹੜੀਆਂ ਰੌਣਕਾਂ, ਹਾਂਜੀ ਸੰਗਤ ਜੀ, ਇਸ ਇਤਿਹਾਸ ਦੇ ਤੁਸੀਂ ਸਕਰੀਨਸ਼ੋਟ ਲੈ ਕੇ ਇਸ ਨੂੰ ਪੜ੍ਹ ਸਕਦੇ ਹੋ ਜੀ। 18 ਸਾਲ ਦੀ ਉਮਰ ਵਿੱਚ ਬਾਬਾ ਜੀ ਨੇ ਕੇਸਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਬਖਸ਼ੀ ਸੀ।
26 ਜਨਵਰੀ 1682 ਵਿੱਚ ਜਨਮ ਹੋਇਆ ਸੀ ਇਸ ਜਗ੍ਹਾ 'ਤੇ। ਪੌ ਪਿੰਡ ਦਾ ਨਾਂ ਮਾਤਾ ਜਿਉਣੀ ਜੀ ਅਤੇ ਪਿਤਾ ਜੀ ਭਾਈ ਭਗਤਾ ਜੀ ਸੀ। ਭਗਤ ਸਿੰਘ ਜੀ ਬਾਅਦ 'ਚੋਂ ਉਹਨਾਂ ਦਾ ਜਦੋਂ ਅੰਮ੍ਰਿਤ ਛਕਿਆ ਤਾਂ ਭਗਤ ਸਿੰਘ ਜੀ ਬਣ ਗਏ ਸਨ। ਸੋ ਇਹ ਇਤਿਹਾਸ ਹੈ ਇੱਥੋਂ ਦਾ ਜੀ, ਇਹਦਾ ਸਕਰੀਨਸ਼ੋਟ ਲਓ ਔਰ ਇਸ ਨੂੰ ਪੜ੍ਹ ਸਕਦੇ ਹੋ ਜੀ। ਔਰ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਜਦੋਂ ਤਲਵੰਡੀ ਸਾਬੋ ਸਨ ਤਾਂ ਉੱਥੇ ਇਹਨਾਂ ਨੇ 5 ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ, ਲਿਖੇ ਸੀ। ਔਰ ਉਹਨਾਂ ਵਿੱਚੋਂ 4 ਜਿਹੜੇ 4 ਤਖਤਾਂ ਦੇ ਉੱਤੇ ਭੇਜੇ ਗਏ, ਜਿਹੜੇ ਸਿੱਖਾਂ ਦੇ 4 ਤਖਤ ਨੇ, ਉੱਥੇ ਇਹ ਬੀੜ ਅੱਜ ਵੀ ਸੁਸ਼ੋਭਿਤ ਨੇ। ਔਰ ਇੱਕ ਫਾਰਸੀ ਵਿੱਚ ਲਿਖਿਆ ਗਿਆ ਸੀ ਜੀ, ਉਸਦਾ ਉਹ ਕੋਈ ਨਹੀਂ ਪਤਾ ਲੱਗਿਆ ਵੀ ਅੱਜ ਤੱਕ ਉਹ ਕਿੱਥੇ ਹੈ ਜੀ। ਸੋ ਸੰਗਤ ਜੀ, ਤੁਸੀਂ ਇੱਥੇ ਇਸ ਦਾ ਇਤਿਹਾਸ ਪੜ੍ਹ ਸਕਦੇ ਹੋ ਜੀ। ਔਰ ਬਹੁਤ ਸਾਰੀਆਂ ਸੰਗਤਾਂ ਲਈ ਆਪਾਂ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਇਤਿਹਾਸ ਦੇ ਰਹੇ ਹਾਂ ਜੀ। ਬਾਬਾ ਦੀਪ ਸਿੰਘ ਸ਼ਹੀਦ, ਜੋ ਫੋਰਨ ਦੇ ਵਿੱਚ ਕੰਟਰੀ ਦੇ ਵਿੱਚ ਬਾਹਰਲੇ ਲੋਕ ਦੇਖ ਰਹੇ ਨੇ, ਉਹਨਾਂ ਦੇ ਲਈ ਇੰਗਲਿਸ਼ ਦੇ ਵਿੱਚ ਇਤਿਹਾਸ ਹੈ ਜੀ। ਯੂ ਕੈਨ ਰੀਡ ਇਨ ਇੰਗਲਿਸ਼। ਲਓ ਜੀ ਸੰਗਤ ਜੀ, ਰੌਣਕਾਂ ਤੁਸੀਂ ਦੇਖ ਸਕਦੇ ਹੋ। ਮਾਤਾ ਜੀ ਸਤਿ ਸ਼੍ਰੀ ਅਕਾਲ। ਖਾਣਾ ਖਾ ਲਾ ਪੁੱਤਰ, ਆਪਾਂ ਦੋਨੇ ਖਾਵਾਂਗੇ, ਖੋਲ ਲਾ।